ਸਾਡੇ ਧੂਰੀ ਸ਼ਹਿਰ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਜਿਹੜੀ ਕੱਲ੍ਹ ਘਟੀ ਹੈ। ਇੱਕ ਨੌਜਵਾਨ ਬੱਚੇ ਦੀ ਹੱਤਿਆ, ਨਿਰਮਮ ਹੱਤਿਆ ਹੋਈ ਹੈ। ਉਹਦਾ ਰੋਸ ਸਾਰੇ ਸ਼ਹਿਰ ਦੇ ਵਿੱਚ ਹੈ, ਸਾਰੇ ਸ਼ਹਿਰ ਸਦਮੇ ਦੇ ਵਿੱਚ ਹੈ ਔਰ ਡਰ ਦਾ ਮਾਹੌਲ ਵੀ ਇੱਕ ਬਣਿਆ ਹੋਇਆ, ਕਿਉਂਕਿ ਇੱਦਾਂ ਦਾ ਹਾਦਸਾ ਨਾ ਸਾਡੇ ਇਲਾਕੇ ਦੇ ਵਿੱਚ ਅਸੀਂ ਸੁਣਿਆ, ਸ਼ਹਿਰ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਅੱਜ ਸਾਰਾ ਸ਼ਹਿਰ ਇਹ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਉਸ ਬੱਚੇ ਨੂੰ ਉਹਦੀ ਆਤਮਾ ਦੀ ਸ਼ਾਂਤੀ ਲਈ ਜਿਹੜੇ ਦੋਸ਼ੀ ਨੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਹੋਵੇ ਤਾਂ ਜੋ ਉਸ ਬੱਚੇ ਨੂੰ ਅਸੀਂ ਸ਼ਰਧਾਂਜਲੀ ਦੇ ਸਕੀਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵਿਅਕਤੀ ਇਹੋ ਜਿਹਾ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ, ਕਰਨ ਦੇ ਸੋਚਣ ਲਈ ਵੀ ਉਹਦੀ ਰੂਹ ਕੰਬੇ, ਜੇ ਇਹੋ ਜਿਹਾ ਸੋਚ ਵੀ ਉਹਦੇ ਮਨ 'ਚੱਕ ਲਿਆਵੇ ਤਾਂ ਉਹਦੀ ਰੂਹ ਕੰਬੇ, ਤਾਂ ਦੋਸ਼ੀਆਂ ਨੂੰ ਇਹੋ ਜਿਹੀ ਸਜ਼ਾ ਦੀ ਅਸੀਂ ਮੰਗ ਕਰਦੇ ਹਾਂ। ਪਰਿਵਾਰ ਦੇ ਨਾਲ ਸਾਰਾ ਸ਼ਹਿਰ ਡਟ ਕੇ ਖੜ੍ਹਾ। ਧੂਰੀ ਇਹ ਬਗਲਾ ਮੁਖੀ ਮੰਦਰ ਹੈ ਜੀ, ਉਸ ਦੀ ਘਟਨਾ ਹੈਗੀ। ਉਹ ਬੱਚਾ 32-33 ਸਾਲ ਦਾ ਮੰਦਰ 'ਚ ਰੂਟੀਨ 'ਚ ਜਾਂਦਾ ਹੁੰਦਾ ਸੀਗਾ, ਉੱਥੇ ਉਹਦੀ ਜੋ ਹੱਤਿਆ, ਉਹ ਤੋਂ ਬਾਕੀ ਇਨਵੈਸਟੀਗੇਸ਼ਨ ਹੈ, ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਜੋ ਤੱਥ ਨੇ ਸਾਹਮਣੇ ਆਉਣਗੇ। ਉਹਦੇ ਬਾਰੇ ਇੰਨਾ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਇੰਨਾ ਖੁੱਲ੍ਹ ਕੇ ਦੱਸਿਆ। ਅੱਜ ਅਸੀਂ ਪੋਸਟਮਾਰਟਮ ਲਈ ਇੱਥੇ ਸਾਰਾ ਸ਼ਹਿਰ ਪਹੁੰਚਿਆ ਹੋਇਆ। ਦੇਖੋ ਇਹ ਜਾਂਚ ਦੇ ਵਿਸ਼ੇ 'ਚ ਆਊਗਾ, ਕਿਉਂਕਿ ਇੰਨੀ ਨੌਲੇਜ ਨਹੀਂ ਹੈਗੀ, ਮੇਰਾ ਉਹਦੇ ਮੰਦਰ 'ਚ ਜਾਣਾ ਨਾ ਘੱਟ ਸੀ, ਲੇਕਿਨ ਇੰਨਾ ਕੁ ਜ਼ਰੂਰ ਪਤਾ ਵੀ ਜਿਹੜਾ ਇਹ ਕੰਮ ਹੋਇਆ ਉਹ ਇਨਸਾਨੀਅਤ ਦੀ ਹੱਦ ਨੂੰ ਪਾਰ ਕਰਨ ਵਾਲੀ ਗੱਲ ਹੈ। ਇਹ ਇਨਸਾਨ ਦਾ ਕੰਮ ਨਹੀਂ ਹੈ, ਇੱਕ ਦਰਿੰਦੇ ਜਾਂ ਆਪਾਂ ਕਹਿ ਦਈਏ ਵੀ ਬਹੁਤ ਹੀ ਸ਼ਾਤਰ ਬੰਦੇ ਦਾ ਇਹ ਕੰਮ ਹੈ ਜੀ। ਇੱਕ 33 ਸਾਲ ਦੇ ਨੌਜਵਾਨ ਦਾ ਮਰਡਰ ਹੋਇਆ ਜੀ, ਤੇ ਉਸ ਸੰਬੰਧੀ ਕੁਛ ਜਿਹੜੇ ਦੋਸ਼ੀ ਨੇ ਅਸੀਂ ਰਾਊਂਡ ਅਪ ਕੀਤੇ ਨੇ, ਅਰੈਸਟ ਕੀਤੇ ਨੇ, ਤੇ ਹੁਣ ਬੋਡੀ ਦਾ ਪੋਸਟਮਾਰਟਮ ਵਗੈਰਾ ਕਰਾਉਣ ਲਈ ਅਸੀਂ ਸਿਵਲ ਹਸਪਤਾਲ ਸੰਗਰੂਰ ਆ। ਇਹਦਾ ਨਾਮ ਜਿਹੜਾ ਮ੍ਰਿਤਕ ਹੈ, ਮ੍ਰਿਤਕ ਦਾ ਨਾਮ ਸੁਦੀਪ, ਤੇ ਸੁਦੀਪ ਸਨ ਆਫ ਵਰਿੰਦਰ ਕੁਮਾਰ ਸੀ, ਤੇ ਇਹ ਮਰਡਰ ਇੱਕ ਆਪਣਾ ਧੂਰੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ, ਲੋਕਲ ਮੰਦਰ ਉੱਧਰ ਹੋਇਆ, ਤੇ ਬਾਕੀ ਜਿਹੜੀ ਪੜਤਾਲ ਹੈ ਉਹ ਅਸੀਂ ਕਰ ਰਹੇ ਹਾਂ। ਦੇਖੋ ਇਹ ਹਰੇ ਪੜਤਾਲ ਦਾ ਵਿਸ਼ਾ ਹੈ, ਸਾਰੀ ਚੀਜ਼ਾਂ ਤੁਹਾਨੂੰ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ 'ਤੇ ਕੁਛ ਕਿਸੇ ਪੁਆਇੰਟ 'ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦੇਵਾਂਗੇ। ਇਹ ਹਾਂਜੀ ਹਾਂ, ਜਿੱਥੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਹੈ, ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ, ਕੀਤਾ ਗਿਆ, ਉਹ ਬੰਦਿਆਂ ਨੂੰ ਅਸੀਂ ਆਈਡੈਂਟੀਫਾਈ ਕਰਕੇ, ਜੇ ਕੋਈ ਹੋਰ ਵੀ ਹੋਊਗਾ ਉਹਨਾਂ ਨੂੰ ਅਸੀਂ ਰਾਊਂਡ ਅਪ ਵੀ ਕਰਾਂਗੇ, ਬਣਦੀ ਉਹਨਾਂ ਦੇ ਕਾਰਵਾਈ ਵੀ ਕਰਾਂਗੇ। ਠੀਕ ਹੈ ਜੀ, ਜਿਹੜੇ ਘਰਦਿਆਂ ਨੂੰ ਕੋਈ ਸ਼ੱਕ ਲੱਗੂਗਾ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਲਿਆ ਕੇ ਅਮਲ ਵਿੱਚ ਲਿਆਵਾਂਗੇ। 33 ਸਾਲ ਦੀ ਉਮਰ ਸੀ ਬੱਚੇ। ਕੀ ਨਾਮ ਹੈ ਜੀ? ਬ੍ਰਜੇਸ਼ਵਰ ਕੁਮਾਰ ਗੋਇਲ। ਗੋਇਲ ਸਾਹਿਬ, ਜਿਹੜੇ ਨੌਜਵਾਨ ਦੀ ਮੌਤ ਹੋਈ ਹੈ, ਕਿੰਨੀ ਕੁ ਉਮਰ ਸੀ, ਕਿਸ ਤਰ੍ਹਾਂ ਦੇ ਕੰਮ ਕਾਰ ਸੀ, ਕਿਸ ਤਰ੍ਹਾਂ ਦੇ ਹੋਇਆ ਸਾਰਾ ਕੁਛ? ਇਹ ਲਗਭਗ ਉਮਰ ਜਿਹੜੀ ਹੈ ਉਹ 30 ਸਾਲ ਦੇ ਆਸ ਪਾਸ ਉਮਰ ਸੀਗੀ ਇਹਦੀ। ਪਰਸੋਂ ਇਹ ਲਗਭਗ ਦੁਪਹਿਰੇ ਪਰਿਵਾਰ ਜੋ ਦੱਸਦਾ ਵੀ ਘਰੋਂ ਗਿਆ ਹੈਗਾ, ਉਸ ਤੋਂ ਬਾਅਦ ਮਿਲਿਆ ਨਹੀਂ ਹੈਗਾ। ਉਸ ਤੋਂ ਬਾਅਦ ਕੀ ਘਟਨਾ ਵਾਪਰੀ ਕੀ ਨਹੀਂ ਵਾਪਰੀ ਇਹ ਤਾਂ ਕੱਲ੍ਹ ਪਤਾ ਲੱਗਿਆ ਇਹਨਾਂ ਤੋਂ, ਜੋ ਤਫਤੀਸ਼ ਹੋਈ ਪੁਲਿਸ ਮੁਤਾਬਕ ਪੁਲਿਸ ਨੇ ਡੈੱਡ ਬੋਡੀ ਜਿਹੜੀ ਹੈ ਉੱਥੋਂ ਬਗਲਾ ਮੁਖੀ ਮੰਦਰ 'ਚੋਂ ਹਵਨ ਕੁੰਡ ਦੇ ਵਿੱਚੋਂ ਕੱਢੀ ਹੈ। ਤੁਸੀਂ ਨੌਜਵਾਨ ਨੂੰ ਮਿਲਦੇ ਰਹੇ ਹੋਗੇ, ਕਿਸ ਤਰ੍ਹਾਂ ਦਾ ਸੁਭਾਅ ਸੀ ਮਿਲਣ? ਬਹੁਤ ਵਧੀਆ ਸੁਭਾਅ ਸੀਗਾ, ਬਹੁਤ ਹੀ ਪਿਆਰਾ ਬੱਚਾ ਸੀ, ਬਹੁਤ ਨੇਕ, ਬਹੁਤ ਸ਼ਰੀਫ,
ਕਿਸੇ ਕਿਸਮ ਦਾ ਕੋਈ ਦਾਗ ਨਹੀਂ, ਬਹੁਤ ਵਧੀਆ ਮੁੰਡਾ। ਕੀ ਕੰਮ ਕੀ ਕਰਦਾ ਸੀ ਨੌਜਵਾਨ? ਪਿਛਲੇ ਲਗਭਗ 15 ਸਾਲ ਤੋਂ ਮੰਦਰ 'ਚ ਹੀ, ਬਗਲਾ ਮੁਖੀ ਦੇ ਮੰਦਰ 'ਚ ਹੀ ਰਹਿੰਦਾ ਸੀਗਾ। ਤੇ ਕਿਸੇ ਨਾਲ ਕੋਈ ਪਹਿਲਾਂ ਕੋਈ ਲੜਾਈ ਝਗੜਾ ਜਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ, ਕਦੇ ਵੀ ਕੋਈ ਇਹੋ ਜਿਹੀ ਗੱਲਬਾਤ ਸਾਹਮਣੇ ਨਹੀਂ ਆਈ। ਕਿੰਨੇ ਭੈਣ ਭਾਈ ਸੀ? ਇਹ ਦੋ ਭੈਣ ਭਾਈ, ਇੱਕ ਭੈਣ ਹੈ, ਇੱਕ ਆਏ ਮੁੰਡਾ ਆਪ ਸੀ, ਦੋ ਭੈਣ ਭਾਈ। ਇਹਦੇ ਫਾਦਰ ਕੀ ਕੰਮ ਕਰਦੇ? ਉਹ ਆਪਣੇ ਜੋ ਕੋਲਾਂ ਵਾਲੇ ਟੋਬੇ ਪੂਰੀ ਵਾਲੇ ਸੰਤਾਂ ਦੀ ਕੁਟੀ ਹੈ, ਉਹ 'ਚ ਸੇਵਾ ਕਰਦੇ। ਯਾਨੀ ਕਿ ਪਰਿਵਾਰ ਜਿਹੜਾ ਹੈਗਾ ਬਹੁਤ ਸ਼ਰੀਫ ਪਰਿਵਾਰ, ਸਾਰਾ ਧਾਰਮਿਕ ਪਰਿਵਾਰ ਹੈ। ਕੋਈ ਐਸੀ ਗੱਲ ਇਸ ਤਰ੍ਹਾਂ ਦੀ ਮੰਗ ਕਰਦੇ? ਕੀ ਮੰਗ ਕਰਦੇ ਨੂੰ? ਮੰਗ ਇਹੀ ਕਰਦੇ ਵੀ ਜਿਹੜੀ ਇਹ ਮਦਭਾਗੀ ਘਟਨਾ ਘਟੀ ਹੈ, ਇਹਦੇ ਵਿੱਚ ਕੋਈ ਵੀ ਦੋਸ਼ੀ ਜਿਹੜਾ ਹੈ ਉਹ ਬਚ ਕੇ ਨਾ ਜਾਵੇ, ਉਹਤੇ ਜ਼ਰੂਰ ਬਣਦੀ ਕਾਰਵਾਈ, ਸਖ਼ਤ ਤੋਂ ਸਖ਼ਤ ਕਾਰਵਾਈ ਉਹਤੇ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਫਾਹੇ ਲਾਉਣਾ ਚਾਹੀਦਾ, ਮੈਂ ਤਾਂ ਇੱਥੇ ਤੱਕ ਇਹ ਦੱਸੂੰ, ਤਾਂ ਕਿ ਇਹੋ ਜਿਹੀ ਘਿਨਾਉਣੀ ਹਰਕਤ ਮੁੜ ਕੇ ਸਮਾਜ ਦੇ ਵਿੱਚ ਨਾ ਹੋਵੇ।